PR 131 ਦਾ ਰੇਟ ਜ਼ਰੂਰ ਦੱਸੋ ਵੀਡੀਓ ਦੇ ਵਿੱਚ। ਉਹ 4 ਕਿਲੋ ਦੀ ਪੈਕਿੰਗ ਆ ਵੀਰ ਜੀ। PR 131, 126, 18, 47, 110, 14, ਇੱਕ ਸਾਰੇ ਬੀਜਾਂ ਦੇ ਰੇਟ ਦੱਸਾਂਗੇ ਤੁਹਾਨੂੰ। ਇੰਨਾ ਘੱਟ ਕਿਉਂ ਦੇ ਰਹੇ? ਪ੍ਰੀਮ 110 ਜਿਹਦੀ ਬਹੁਤ ਚੜ੍ਹਾਈ ਹੈ, ਇਹਦਾ ਵੀ ਰੇਟ ਸੁਣ ਲਓ। ਦੱਸੋ ਜੀ, ਜੇ ਬੀਜ ਦੀ ਗੱਲ ਕਰੀਏ ਆਪਾਂ, ਬੀਜ ਦਾ ਰਿਜ਼ਲਟ ਸਿਰਫ 3-4 ਮਹੀਨਿਆਂ ਦੇ ਵਿੱਚ ਆ ਜਾਂਦਾ ਹੈ। ਵੱਡੀਆਂ ਕੰਪਨੀਆਂ ਦੇ ਬੀਜ ਵੀ ਜ਼ਿਮੀਦਾਰ ਲਾਉਣ, ਬਰਾਬਰ ਆਪਣਾ ਵੀ ਲਾਉਣ। ਪੂਰੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਰਾਜਸਥਾਨ, ਪੂਰੇ ਇੰਡੀਆ 'ਚ ਜਿੱਥੇ ਮਰਜ਼ੀ ਰੇਟ ਪਤਾ ਕਰਕੇ ਆ ਜਾਓ। ਜਿਹੜਾ ਸੀਡ ਦਾ ਰੇਟ PR 131, 26, 18, 47, ਸਾਰੀ ਝੋਨੇ ਦੇ ਬੀਜ ਲਗਭਗ ਜਿਹੜਾ ਰੇਟ ਤੁਹਾਨੂੰ ਇੱਥੇ ਮਿਲੂ, ਨਾ ਕਿਸੇ ਨੇ ਦਿੱਤਾ ਨਾ ਕਿਸੇ ਨੇ ਦੇਣਾ। ਅਤੇ ਅੱਜ ਸਾਡੇ ਨਾਲ ਮਾਲਵਾ ਏਰੀਏ ਦੀ ਸ਼ਾਨ ਹੀ ਕਹਿ ਲਓ, ਜਿਨ੍ਹਾਂ ਨੂੰ ਬਹੁਤ ਸਾਰੇ ਅਵਾਰਡ ਮਿਲੇ ਹੋਏ ਨੇ। ਇੱਕ ਅਵਾਰਡੀ ਕਿਸਾਨ ਹਰ ਸਾਲ ਯੂਨੀਵਰਸਿਟੀ ਮੇਲੇ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਫਸਟ ਅਵਾਰਡ ਉਹਨਾਂ ਨੂੰ ਮਿਲਦਾ ਹੈਗਾ। ਅਤੇ ਸਾਡੇ ਨਾਲ ਨੇ ਮਨਜੀਤ ਸਿੰਘ ਘੁਮਾਣ ਜੀ, ਘੁਮਾਣ ਸੀਡ ਫਾਰਮ ਨਾਗਰਾ ਤੋਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਪ੍ਰੀਤ ਜੀ? ਬਹੁਤ ਵਧੀਆ ਜੀ, ਹੋਰ ਠੀਕ ਠਾਕ ਹੋ? ਹਾਂਜੀ ਹਾਂਜੀ ਹਾਂਜੀ। ਅਤੇ ਜਿਵੇਂ ਗੱਲ ਕਰੀਏ ਜੇ ਰੇਟ ਦੀ, ਤਾਂ ਅੱਜ ਪਹਿਲਾਂ ਇਹ ਗੱਲ ਦੱਸ ਦਿਓ ਜੀ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਰੇਟ ਦੱਸਾਂਗੇ ਵੀਡੀਓ ਦੇ ਵਿੱਚ ਇਕੱਲੇ ਇਕੱਲੇ ਬੀਜ ਦਾ? ਹਾਂਜੀ ਬਾਈ ਜੀ, ਪਹਿਲਾਂ ਵੀ ਦੱਸਿਆ ਸੀ ਆਪਾਂ 4 ਦਿਨ ਵਾਸਤੇ ਛੋਟ ਕੀਤੀ ਸੀ ਜੀ, ਅਤੇ ਪਰ ਦਿੱਤਾ 5 ਦਿਨ ਅਸੀਂ ਨੇ, 5-6 ਦਿਨ ਵੰਡਿਆ ਅਤੇ ਹੁਣ ਸਾਡੇ ਰੇਟ ਫਿਰ ਪੂਰੇ ਨੇ ਦੇ ਰਿਹਾ। ਕੁਛ ਮੇਰੇ ਸੱਜਣ ਬਾਹਰੋਂ ਕੁਛ ਆਏ, ਕਹਿੰਦੇ ਯਾਰ ਤੁਸੀਂ ਵੀਡੀਓ ਅਸੀਂ ਬਾਅਦ 'ਚ ਦੇਖੀ ਇਸ ਤਰ੍ਹਾਂ ਕਰਕੇ, ਕਈ ਸਵਾਲ 'ਤੇ ਉਹ ਕਹਿੰਦੇ ਦੁਬਾਰਾ ਕੁਛ ਦਿਨ ਵਾਸਤੇ ਘੱਟ ਕਰ ਦਿਉ ਬਾਈ ਜੀ। ਕੁਛ ਦਿਨਾਂ ਵਾਸਤੇ ਅਸੀਂ ਉਹਨਾਂ ਦੀ ਡਿਮਾਂਡ 'ਤੇ ਅਸੀਂ ਘੱਟ ਕਰਨ ਵਾਸਤੇ ਜਾ ਰਹੇ ਹਾਂ ਰੇਟ, ਅਤੇ ਉਹਦਾ ਆਪਣਾ ਫਾਇਦਾ ਉਠਾਇਓ ਅਤੇ ਉਸ ਦਿਨ ਬਾਈ ਜੀ ਵੀ ਲਿਓ, ਅੱਗੇ ਪਿੱਛੇ ਸਾਨੂੰ ਮਜਬੂਰ ਨਾ ਕਰਿਓ ਜੀ। PR 131, 126, 18, 47, 110, 14, ਇੱਕ ਸਾਰੇ ਬੀਜਾਂ ਦੇ ਰੇਟ ਦੱਸਾਂਗੇ ਤੁਹਾਨੂੰ, ਬਣੇ ਰਹੋ। ਅਤੇ ਜਿਵੇਂ ਗੱਲ ਕਰੀਏ ਜੇ ਰੇਟਾਂ ਦੀ, ਤਾਂ ਬਹੁਤ ਜ਼ਿਆਦਾ ਨੇ ਮਾਰਕੀਟ ਦੇ ਵਿੱਚ ਰੇਟ। ਵੱਡੀਆਂ ਕੰਪਨੀਆਂ 300-300 ਰੁਪਏ ਕਿਲੋ ਵੀ ਦੇ ਰਹੀਆਂ ਨੇ, ਤੁਹਾਡੇ ਨਾਲੋਂ 70-80% ਰੇਟ ਜ਼ਿਆਦਾ ਨੇ। 80% ਜ਼ਿਆਦਾ ਨੇ ਵੱਡੀਆਂ ਕੰਪਨੀਆਂ ਦੇ ਰੇਟ ਜੀ ਜੀ। ਪਰ ਆਪਾਂ ਇੰਨਾ ਘੱਟ ਕਿਉਂ ਦੇ ਰਹੇ? ਕਾਰਨ ਅਸੀਂ ਇਸ ਜ਼ਿਮੀਦਾਰੀ ਦੇ ਨਾਲ ਜੁੜੇ ਹੋਏ ਹਾਂ, ਬਚਪਨ ਸਾਡਾ ਜ਼ਿਮੀਦਾਰ ਨਾਲ ਬੀਤਿਆ ਸੀ। ਜ਼ਿਮੀਦਾਰਾਂ ਨੂੰ ਜੇ ਘੱਟ ਦੇ ਦਾਂਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਫਿਰ ਵੀ ਬਹੁਤ ਖੁਸ਼ ਹਾਂ। ਜ਼ਿਮੀਦਾਰ ਦਾ ਇੰਨੇ ਰੇਟ ਦੇ ਕੇ ਵੀ ਅਸੀਂ ਖੁਸ਼ ਹਾਂ, ਜ਼ਿਮੀਦਾਰ ਦਾ ਫਾਇਦਾ ਵੀ ਸਾਡੇ ਨਾਲ ਜ਼ਿਮੀਦਾਰ ਜੁੜਦਾ ਡਾਇਰੈਕਟ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਜ਼ਿਮੀਦਾਰ ਵੀ ਆਪਣਾ ਫਾਇਦਾ ਉਠਾਉਣ, ਅਤੇ ਆਪਾਂ ਵੀ ਬਾਈ ਜੀ ਆਪਣੇ ਵੀ ਹੌਸਲੇ ਬੁਲੰਦ ਹੋਣ, ਆਪਣੇ ਨਾਲ ਇੰਨੇ ਸੱਜਣ ਜੁੜੇ ਹੋਏ ਆ ਜੀ। ਅਤੇ ਜੇ ਗੱਲ ਕਰੀਏ ਜਿਵੇਂ ਹੁਣ ਰੇਟ ਤਾਂ ਇੰਨਾ ਘੱਟ ਦੇ ਰਿਹਾ, ਆਪਾਂ ਕਿਤੇ ਕੁਆਲਿਟੀ ਨਾਲ ਕੋਈ ਸਮਝੌਤਾ ਤਾਂ ਨਹੀਂ ਹੋਊਗਾ? ਇਹ ਤੁਹਾਨੂੰ ਪਤਾ ਹੈ, ਸਾਡੀ ਕੁਆਲਿਟੀ ਬਾਰੇ ਪੁੱਛੋ। ਬਿਲਕੁਲ ਜੀ, ਜਿਵੇਂ ਪਿਛਲੇ ਸਾਲ 826 ਦਾ ਬਹੁਤ ਬੀਜ ਵਿਕਿਆ, 1% ਵੀ ਆਪਾਂ ਨੂੰ ਉਲਾਂਭਾ ਨਹੀਂ ਆਇਆ ਕਿਸੇ ਚੀਜ਼ ਦਾ। ਅਤੇ ਗੱਲ ਇਸ ਤਰ੍ਹਾਂ ਪ੍ਰੀਤ ਜੀ, ਜੇ ਬੀਜ ਦੀ ਗੱਲ ਕਰੀਏ ਆਪਾਂ, ਬੀਜ ਦਾ ਰਿਜ਼ਲਟ ਸਿਰਫ 3-4 ਮਹੀਨਿਆਂ ਦੇ ਵਿੱਚ ਆ ਜਾਂਦਾ ਹੈ। ਵੱਡੀਆਂ ਕੰਪਨੀਆਂ ਦੇ ਬੀਜ ਵੀ ਜ਼ਿਮੀਦਾਰ ਲਾਉਣ, ਬਰਾਬਰ ਆਪਣਾ ਵੀ ਲਾਉਣ, ਪਤਾ ਲੱਗ ਜੂ ਜ਼ਰੂਰ, ਸਾਹਮਣੇ ਆ ਜਾਣਾ 3-4 ਮਹੀਨੇ ਕੌਣ ਕਿੰਨੇ ਪਾਣੀ 'ਚ। ਅਤੇ ਆਪਾਂ ਇਹ ਨਹੀਂ ਕਹਿੰਦੇ, ਉਹ ਵੀ ਬੰਦੇ ਬਹੁਤ ਵਧੀਆ ਨੇ ਕੰਪਨੀ ਵਾਲੇ, ਜਿਹੜੇ ਰੂਬਰੂ ਹੋ ਕੇ ਤੁਹਾਨੂੰ ਬੀਜ ਵੰਡ ਰਹੇ ਨੇ ਜੀ। ਅਤੇ ਚਲੋ ਹਰ ਇੱਕ ਬੰਦੇ ਦੀ ਸਿੰਦਕ ਹੁੰਦੀ ਹੈ, ਕੋਈ ਕਿਸ ਤਰ੍ਹਾਂ ਕਰ ਰਿਹਾ, ਕੋਈ ਕਿਸ ਤਰ੍ਹਾਂ ਕੰਮ ਕਰ ਰਿਹਾ ਜੀ, ਪਰ ਸਾਡੀ ਜ਼ਮੀਰ ਨਹੀਂ ਹੈਗੀ ਜ਼ਿਮੀਦਾਰ ਤੋਂ ਬਹੁਤ ਵੱਧ ਪੈਸੇ ਲੈ ਜਾਣ, ਬਹੁਤ ਜਾਇਜ਼ ਰੇਟਾਂ 'ਤੇ ਅਸੀਂ ਬੀਜ ਦੇ ਰਹੇ, ਬੀਜ ਦੇਵਾਂਗੇ। ਉਹ ਤਕਰੀਬਨ ਸਾਡੇ ਸਕੀਮ ਤੋਂ ਬਿਨਾਂ ਸਾਡੇ ਵੀ ਰੇਟ ਉੱਚੇ ਹੁੰਦੇ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਹੁਣ ਤੁਸੀਂ ਵੀ ਫੋਨ ਕੀਤਾ ਉਸ ਦਿਨ, ਸਾਡੇ ਬੰਦੇ ਰਹਿ ਗਏ 4-5 ਬੰਦਿਆਂ ਨੂੰ ਫੋਨ ਕਰਕੇ ਤੁਸੀਂ ਵੀ ਹੋਰ ਨੂੰ ਦਵਾਇਆ ਉਹਨੂੰ, ਚਲੋ ਆਪਾਂ ਕਹਿੰਦੇ ਚੱਲ 4 ਦਿਨ ਵਾਸਤੇ ਹੋਰ ਉਹ ਕਰਦੇ। ਹਾਂਜੀ, ਕਾਫੀ ਬੰਦੇ ਰਹਿ ਗਏ। ਅਤੇ ਜੇ ਗੱਲ ਕਰੀਏ ਹੁਣ ਰੇਟਾਂ ਦੀ, ਹੁਣ ਰੇਟ ਦੱਸੀ ਆਪਾਂ, ਬਹੁਤਾ ਇੰਤਜ਼ਾਰ ਨਾ ਕਰਾਈਏ। PR 131 ਇਹਦਾ ਵੀ ਦੱਸਾਂਗੇ, ਉਸ ਤੋਂ ਪਹਿਲਾਂ ਆਪਾਂ ਜਿਵੇਂ ਸ਼ੁਰੂ ਕਰ ਲਈਏ 26 ਵਗੈਰਾ ਤੋਂ ਜੀ। ਹਾਂਜੀ, ਮੈਂ PR 126 ਵਰਾਇਟੀ ਆਪਣੀ ਫਾਊਂਡੇਸ਼ਨ ਆਪਣੇ ਕੋਲ ਹੈ ਜੀ। ਹਾਂਜੀ, ਜ਼ਿਮੀਦਾਰਾਂ ਨੂੰ ਹੁਣ ਬਹੁਤ ਉਹਦੀ ਜੇ ਲੇਟ ਚਲਾਉਂਦੇ ਹਾਂ, ਸਭ ਤੋਂ ਵਧੀਆ ਵਰਾਇਟੀ ਹੈ ਜੀ। ਉਹਦਾ ਰੇਟ ਸਾਡਾ 10 ਕਿਲੋ ਦਾ ਜੀ 550 ਰੁਪਏ ਰੇਟ ਆ ਜੀ।
ਸਿਰਫ ਸਿਰਫ 10 ਕਿਲੋ ਬੀਜ ਦਾ ਜੀ। ਪੀਆਰ 126 ਦਾ ਰੇਟ ਵੀਰੋ, ਇੰਨਾ ਡਾਊਨ ਤੁਹਾਨੂੰ ਕਿੱਥੋਂ ਨਹੀਂ ਮਿਲਣਾ। ਜੇ ਤੁਸੀਂ TLN ਦੇ ਵਿੱਚੋਂ ਤਾਂ ਹੈਗਾ ਉਹਦਾ 480 ਰੁਪਏ ਰੇਟ ਜੀ ਜੀ 10 ਕਿਲੋ ਦਾ ਜੀ। ਅਤੇ 128 ਅਤੇ ਤਕਰੀਬਨ ਇਹ ਵਰਾਇਟੀਆਂ ਮਿਲਦੀਆਂ ਜੁਲਦੀਆਂ ਨੇ ਨਾਲ ਇਹਨਾਂ ਦੇ। 128 ਹੋਈ, 118 ਹੋ ਗਈ ਜੀ। ਬਾਕੀ ਦੂਸਰੀ ਆ ਸੁਪਰੀਮ ਵਰਾਇਟੀ, ਜ਼ਿਮੀਦਾਰ ਦੇ ਹੱਕ 'ਚ ਬਹੁਤ ਵਧੀਆ ਵਰਾਇਟੀ ਆ ਸੁਪਰੀਮ 110 ਜੀ ਦੀ, ਬਹੁਤ ਚੜ੍ਹਾਈ ਹੈ, ਇਹਦਾ ਵੀ ਰੇਟ ਸੁਣ ਲਓ ਦੱਸੋ ਜੀ। ਹਾਂ, US 110 ਵਰਾਇਟੀ ਹੈ ਆਪਣੀ ਇਹ ਜੀ। ਇਹਦਾ ਰੇਟ ਬਾਈ ਜੀ ਆਪਣਾ 550 ਰੁਪਏ ਰੇਟ ਹੈ ਇਹਦਾ 10 ਕਿਲੋ ਦਾ ਜੀ। ਉਹੀ ਸੇਮ ਰੇਟ, ਸੇਮ ਰੇਟ। ਅਤੇ ਜਿਵੇਂ ਬਾਸਮਤੀਆਂ ਦੀ ਗੱਲ ਕਰੀਏ ਜੀ, 1847 85 86 ਇਹਨਾਂ ਦੇ ਕੀ ਰੇਟ ਨੇ? ਜਿਵੇਂ 1847 ਅਤੇ ਆਪਣਾ 1509 1692 ਇਹਨਾਂ ਦਾ 800 ਰੁਪਏ ਦਾ ਬੈਗ ਹੈ ਤਿੰਨੇ ਵਰਾਇਟੀਆਂ ਦਾ ਜੀ। ਵਿੱਚ 1885 ਆ ਗਈ ਜੀ ਜੀ। ਅਤੇ 10 ਕਿਲੋ ਦਾ ਬੈਗ ਇਹਨਾਂ ਦਾ ਹੈਗਾ ਜੀ ਆਪਣਾ 800 ਰੁਪਏ ਦਾ। ਇਹ 4 ਕਿਲੋ ਦੀ ਪੈਕਿੰਗ 'ਚ ਵੀ ਹੈਗੇ ਨੇ ਬਾਈ ਜੀ ਇਹ। ਠੀਕ ਹੈ, 4 ਕਿਲੋ ਦੀ ਪੈਕ ਦੇ ਵਿੱਚ ਇਹ ਹੈਗੇ ਨੇ 400 ਰੁਪਏ ਦਾ ਜੀ। 400 ਰੁਪਏ ਦਾ, ਹਾਂਜੀ 400 ਹੋ ਗਿਆ। ਅਤੇ ਜੇ ਗੱਲ ਕਰੀਏ ਮੁੱਛਲ ਵਰਾਇਟੀਆਂ ਦੀ, ਹਾਂ ਮੁੱਛਲ ਵਰਾਇਟੀਆਂ ਦਾ ਰੇਟ ਪਲੱਸ ਨੇ 20 ਰੁਪਏ ਇੱਦੋਂ, ਉਹਨਾਂ ਦਾ ਰੇਟ 115 ਰੁਪਏ ਰੇਟ ਹੈ। ਠੀਕ ਹੈ, ਮੁੱਛਲ ਵਰਾਇਟੀ, ਹਾਂਜੀ। ਜਿਵੇਂ ਮੁੱਛਲ ਵਰਾਇਟੀ ਆ ਗਈ ਅਤੇ 86 ਆ ਗਈ, 14-1 ਆ ਗਈ, 1985 ਆ ਗਈ, ਇਹਨਾਂ ਦੇ ਰੇਟ ਥੋੜ੍ਹੇ ਜ਼ਿਆਦਾ ਨੇ। ਹਾਂਜੀ ਹਾਂਜੀ। ਅਤੇ ਜਿਹੜੀ ਸਭ ਤੋਂ ਮਸ਼ਹੂਰ ਵਰਾਇਟੀ ਇਸ ਸਾਲ ਬਹੁਤ ਨਾਮ, PR 131 ਦਾ ਰੇਟ ਜ਼ਰੂਰ ਦੱਸੋ ਵੀਡੀਓ ਦੇ ਵਿੱਚ। ਉਹ 4 ਕਿਲੋ ਦੀ ਪੈਕਿੰਗ ਆ ਵੀਰ ਜੀ, 350 ਰੁਪਏ ਦੀ। 350 ਰੁਪਏ ਦੀ 4 ਕਿਲੋ ਦੀ ਪੈਕਿੰਗ, ਬਹੁਤ ਸੋਹਣੀ ਪੈਕਿੰਗ ਬਣਾਈ ਹੈ ਜੀ। ਅਤੇ ਬਾਬਾ ਜੀ ਪੈਕਿੰਗ ਲਿਆ ਕੇ ਦਿਖਾਓ ਆਪਣੀ ਜੀ, ਹੈ ਉਹ। ਹਾਂਜੀ ਹਾਂਜੀ, ਆਪਣੀ 4 ਕਿਲੋ ਦੀ ਸਾਰੀਆਂ ਵਰਾਇਟੀਆਂ ਦੇ ਵਿੱਚ ਹੈਗੀ 4-4 ਕਿਲੋ ਦੀ ਪੈਕਿੰਗ ਆਪਣੀ ਜੀ। ਅਤੇ ਉਹ ਵੀ ਆਪਾਂ ਜ਼ਿਮੀਦਾਰਾਂ ਨੂੰ ਦਿਖਾ ਦਿੰਦੇ ਹਾਂ ਆਪਣੀ। ਅਤੇ ਇਹ ਕਦੋਂ ਤੋਂ ਕਦੋਂ ਤੱਕ ਦੇਣੇ ਨੇ? ਇਹ ਚੀਜ਼ ਬਹੁਤ ਜ਼ਰੂਰੀ ਹੈ, ਕਿਉਂਕਿ ਜ਼ਿਮੀਦਾਰ ਫਿਰ ਨੂੰ ਆਈ ਹੋ ਜਾਂਦਾ ਵੀ ਫਿਰ ਇਹ ਪੱਕਾ ਰੇਟ ਹੀ ਆ, ਪਤਾ ਨਹੀਂ ਇਹੀ ਦੇਈ ਜਾਣਗੇ। ਨਹੀਂ, ਇਹ ਸਿਰਫ ਬਾਈ ਜੀ ਆਪਣਾ 19 ਅਤੇ 20-21-22 ਚਾਰ ਦਿਨਾਂ 'ਚ ਚਲਾਵਾਂਗੇ। ਚਾਰ ਦਿਨਾਂ 'ਚ ਜਿਹੜੇ ਬੰਦੇ ਆਪਣੇ ਰਹਿ ਗਏ, ਜੋ ਵੀ ਆਪਣੇ ਮਿਲਣਾ ਸੱਜਣ ਨੇ, ਉਹ ਚਾਰ ਦਿਨਾਂ ਦੇ ਵਿੱਚ ਆਪਦਾ ਫਾਇਦਾ ਉਠਾਉਣ। ਉਸ ਤੋਂ ਬਾਅਦ ਸਾਡੇ ਪੁਰਾਣੇ ਰੇਟ ਉਹੀ ਫਿਰ ਹੋਣਗੇ। ਠੀਕ ਹੈ। ਅਤੇ ਸਾਰੇ ਮੇਰੇ ਨਾਲ ਜਿਹੜੇ ਜੁੜੇ ਹੋਏ ਕਿਸਾਨ ਨੇ ਅਤੇ ਆਪਣੇ ਭਰਾ ਵੀ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਪ੍ਰੀਤ ਜੀ, ਤੁਹਾਡੇ ਚੈਨਲ ਨੂੰ, ਸਾਰਿਆਂ ਨੂੰ ਸਾਡੇ ਵੱਲੋਂ ਤਹਿ ਦਿਲੋਂ ਪਿਆਰ ਅਤੇ ਸਤਿਕਾਰ ਜੀ। ਲਓ ਵੀਰੋ, 4 ਦਿਨ ਤੁਹਾਨੂੰ ਹੋਰ ਦਿੱਤੇ। ਇਹ 4 ਦਿਨਾਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਨਾਲ ਵੀ ਘੱਟ ਰੇਟ 'ਤੇ ਸਬਸਿਡੀ ਕੱਟ ਕੇ ਵੀ ਤੁਸੀਂ ਲੈ ਸਕਦੇ ਹੋ ਇੱਥੋਂ, ਘੁਮਾਣ ਸੀਡ ਫਾਰਮ ਨਾਗਰਾ ਤੋਂ। ਅਤੇ ਜਿਨ੍ਹਾਂ ਦਾ ਦੂਸਰਾ ਵੀ ਲੈ ਕੇ ਆ, ਸੀਡ ਫਾਰਮ ਦਾ ਲਾਈਸੈਂਸ ਵੀ ਬਣਿਆ ਹੋਇਆ ਅਤੇ MOU ਕਰਦੇ ਨੇ, ਸਾਰਾ ਇੱਕ ਨੰਬਰ ਕੰਮ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਅਤੇ ਬੀਜ ਦੀ ਕੁਆਲਿਟੀ ਤੁਹਾਨੂੰ 100% ਐਕੂਰੇਟ ਮਿਲੂਗੀ ਜੀ। ਅਤੇ ਇਹ 4 ਕਿਲੋ ਦੀ ਪੈਕਿੰਗ ਆ ਗਈ, 4 ਕਿਲੋ ਪੈਕਿੰਗ ਆ ਗਈ ਜੀ। ਆਪਣੇ ਐਡਰੈਸ ਦੀ ਜੇ ਗੱਲ ਕਰੀਏ, ਸੁਨਾਮ ਤੋਂ ਭਵਾਨੀਗੜ੍ਹ, ਭਵਾਨੀਗੜ੍ਹ ਤੋਂ ਸੁਨਾਮ ਰੋਡ 'ਤੇ ਵਿਚਾਲੇ ਜੇ ਪੈ ਜਾਂਦਾ, ਵਿਚਾਲੇ ਜੇ ਬਿਜਲੀ ਗ੍ਰਿੱਡ ਆਉਂਦਾ ਜੀ ਸਾਹਮਣੇ ਆਪਣੇ। ਹਾਂਜੀ, ਉਹਦੇ ਸਾਹਮਣੇ ਆਪਣਾ ਪੈਟਰੋਲ ਪੰਪ ਹੈ, ਕਮਾਨ ਫਿਊਲ ਸਟੇਸ਼ਨ ਦੇ ਨਾਮ 'ਤੇ ਪੈਟਰੋਲ ਪੰਪ ਹੈ ਜੀ, ਨਾਲ ਆਪਣਾ ਸੀਡ ਫਾਰਮ ਹੈ ਬਾਈ ਜੀ। ਇਹ ਲੋਕੇਸ਼ਨ ਤੁਸੀਂ ਨੈੱਟ 'ਤੇ ਵੀ ਲਾ ਸਕਦੇ ਹੋ। ਅਤੇ ਬਾਕੀ ਵੀਰ ਜੀ, ਰੇਟ ਤੁਹਾਨੂੰ ਸਾਰੇ ਦੱਸਤੇ ਅਤੇ ਡਰੈਸ ਵੀ ਦੱਸਤਾ, ਅਤੇ ਆਪਣੇ ਮੁੰਡੇ ਔਖੇ ਬਹੁਤ ਹੁੰਦੇ ਨੇ, ਫੋਨ ਕਰਦੇ ਹੋ, ਫੋਨ ਨਾ ਕਰੋ ਜ਼ਿਆਦਾ। ਤਕਰੀਬਨ ਰੇਟਾਂ ਦਾ ਸਾਰਾ ਹੋ ਗਿਆ ਕਲੀਅਰ, ਅਤੇ ਜੇ ਕੋਈ ਰਸਤੇ 'ਚ ਕਿਸੇ ਨੂੰ ਦਿੱਕਤ ਆਉਂਦੀ ਆ ਉਹ ਫੋਨ ਕਰ ਲਿਆ ਕਰੋ ਵੀਰ, ਅਤੇ ਮੁੰਡੇ ਔਖੇ ਹੁੰਦੇ ਨੇ ਆਪਣੇ ਬਹੁਤ, ਜਦੋਂ ਵਾਰੀ ਵਾਰੀ ਕਿਉਂਕਿ ਫੋਨ 'ਤੇ ਫੋਨ ਵੱਜੀ ਜਾਂਦਾ ਕੀ ਰੇਟ ਹੈ ਕੀ ਰੇਟ ਹੈ। ਰੇਟ ਤੁਹਾਨੂੰ ਸਾਰਾ ਦੱਸਤਾ A to Z ਵੀਡੀਓ ਦੇ ਵਿੱਚ, ਸਾਰੀ ਕਲੈਰੀਫਿਕੇਸ਼ਨ ਕਰਤੀ। ਸੋ ਵੱਧ ਤੋਂ ਵੱਧ ਲਾਭ ਉਠਾਓ, ਜ਼ਰੂਰ ਇਹਨਾਂ ਨੂੰ ਮਿਲੋ, ਇੱਕ ਵਾਰੀ ਜੁੜ ਕੇ ਦੇਖੋ, ਤੁਹਾਨੂੰ ਕੁਆਲਿਟੀ ਦਾ ਆਪੇ ਪਤਾ ਲੱਗੂਗਾ। ਅਸੀਂ ਮੂੰਹੋਂ ਦੱਸਦੇ ਵਾਰ ਵਾਰ ਚੰਗੇ ਜੀ, ਕੁਆਲਿਟੀ ਦੀ ਬਾਵਜੂਦ ਸਾਡੀ 27 ਸਾਲ ਪੁਰਾਣੀ ਫਰਮ ਆ ਗਈ, 27 ਸਾਲ ਇਸ ਲੈਣ ਦੇ ਵਿੱਚ ਜੁੜੇ ਨੂੰ ਹੋ ਗਏ ਜੀ। ਕੁਛ ਸੀਡ ਫਾਰਮਾਂ ਨੂੰ ਕਿਸੇ ਨੂੰ 10 ਸਾਲ ਹੋ ਗਏ, ਕਿਸੇ ਨੂੰ 5 ਸਾਲ ਹੋ ਗਏ,
ਸਾਡੇ ਇਲਾਕੇ ਦੀ ਸਭ ਤੋਂ ਪੁਰਾਣੀ ਫਰਮ ਆ ਆਪਣੀ, 27 ਸਾਲ ਹੋ ਗਏ ਜੀ। ਤੇ ਇਹ ਜਿਹੜਾ ਕੰਮ ਆ ਬਾਈ ਜੀ ਸੀਡ ਦਾ ਸਾਡਾ ਸ਼ੁੱਧ ਹੈ, ਤਾਂ ਬਹੁਤ ਸ਼ੁੱਧੇ ਕਹਿੰਦੇ ਆ। ਬਾਕੀ ਕਈ ਵਾਰ ਕੁਛ ਜ਼ਿਮੀਦਾਰ ਆਪ ਗਲਤੀਆਂ ਕਰ ਲੈਂਦੇ ਨੇ ਅਤੇ ਆਪਦੇ ਕੰਮ ਕਰਨ ਦੇ ਵਿੱਚ ਉਹ ਇਹੋ ਜਿਹੀਆਂ ਗਲਤੀਆਂ ਨਾ ਕਰਨ, ਜਿਵੇਂ ਕੋਈ ਵਰਾਇਟੀ ਆਪਾਂ ਜਿੱਥੇ ਪੌਦ ਰਲਾਉਂਦੇ ਹਾਂ ਉੱਥੇ ਪਹਿਲਾਂ ਦੂਸਰੀ ਜੀਰੀ ਲੱਗੀ ਹੁੰਦੀ ਆ, ਆਪਾਂ ਹੁਣ ਅੱਜ ਕੱਲ੍ਹ ਬਹੁਤ ਤੇਜ਼ੀ ਹੋ ਰਹੀ ਆ ਪੌਦਾ ਰਲਾਉਣ ਦੀ, ਆਹ 5-4 ਦਿਨ ਤੋਂ ਉਹਨੂੰ ਚੰਗੀ ਤਰ੍ਹਾਂ ਵਾਹੁੰਦੇ ਵੀ ਨਹੀਂ ਹੈਗੇ, ਬਸ ਬੀਜ ਪਾਣੀ ਛੱਡਿਆ ਅਤੇ ਛਿੱਟਾ ਲਾਈ ਜਾਂਦੇ ਨੇ, ਵਿੱਚ ਦੂਸਰੇ ਦਾਣੇ ਹਰੇ ਹੋ ਜਾਂਦੇ ਨੇ। ਇਹੋ ਜਿਹੀਆਂ ਚੀਜ਼ਾਂ ਤੋਂ ਬਾਈ ਜੀ ਪਰਹੇਜ਼ ਰੱਖੋ ਜੀ, ਇਹ ਬਹੁਤ ਜ਼ਰੂਰੀ ਹੈ ਪ੍ਰੀਤ ਜੀ ਜੀ। ਸੋ ਬਹੁਤ ਬਹੁਤ ਇੱਕ ਆਪਣੀ ਮੈਂ ਤੁਹਾਨੂੰ ਪੈਕਿੰਗ ਹੋਰ ਵੀ ਦਿਖਾਉਣਾ, ਆਪਣੀ ਹੋਰ ਵੀ ਹੈਗੀ ਬਾਈ ਜੀ, ਇਹਦੇ ਵਿੱਚ ਵੀ ਆਪਾਂ ਪੈਕਿੰਗ ਕਰਦੇ ਹਾਂ 4 ਕਿਲੋ 'ਚ। ਹਾਂਜੀ ਹਾਂਜੀ ਹਾਂ, ਇਹਨਾਂ ਦੇ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗੇ 4 ਕਿਲੋ ਦੀ ਪੈਕਿੰਗ, ਅਤੇ ਅਸੀਂ ਜਦੋਂ ਬਾਜ਼ਾਰਾਂ ਦੇ ਵਿੱਚ ਜਾਂਦੇ ਤਾਂ ਸਾਨੂੰ ਹਰ ਇੱਕ ਬੰਦਾ ਇਹ ਕਹਿੰਦੇ ਤੁਹਾਡਾ ਬਾਰਦਾਨਾ ਨਹੀਂ ਵਧੀਆ ਜਾਂ ਹੋਰ, ਇਹ ਵੀ ਇਹਦੇ ਵੀ ਪੈਸੇ ਲਾਉਣੇ ਪਏ, ਇਹ ਵੀ ਤਿਆਰ ਕੀਤਾ ਬਾਈ ਜੀ। ਬਿਲਕੁਲ ਜੀ ਬਿਲਕੁਲ, ਅਤੇ ਹੁਣ ਜੇ ਕੋਈ 4 ਕਿਲੋ 'ਚ ਜਾਂ 3 ਕਿਲੋ ਦੇ ਵਿੱਚ ਲੈ ਜਾਣਾ ਚਾਹੇ, ਇਹ ਵੀ ਸਾਡੇ ਕੋਲ ਪੈਕਿੰਗ ਹੈਗੀਆਂ ਨੇ ਬਾਈ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ।